ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ 'ਤੇ। ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ। ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸਾਂਝੀ ਕੀਤੀ ਜਾਣਕਾਰੀ। ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਇਸ ਨੂੰ ਦੇਰੀ ਨਾਲ ਚੁੱਕਿਆ ਗਿਆ ਸਹੀ ਕਦਮ ਦੱਸਿਆ। ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਨਵ ਨਿਯੁਕਤ ਕਾਂਸਟੇਬਲਾਂ ਨੂੰ ਵੰਡੇ ਨਿਯੁਕਤੀ ਪੱਤਰ। ਮਾਨ ਨੇ ਕਾਂਸਟੇਬਲਾਂ ਨੂੰ ਇਮਾਨਦਾਰੀ ਨਾਲ ਡਿਊਟੀ ਕਰਨ ਦੀ ਦਿੱਤੀ ਸਲਾਹ। ਕੇਜਰੀਵਾਲ ਨੇ ਕਿਹਾ ਪੰਜਾਬ ਪੁਲਿਸ 'ਚ 10,000 ਪੋਸਟਾਂ ਹੋਰ ਕੀਤੀਆਂ ਜਾ ਰਹੀਆਂ ਨੇ ਤਿਆਰ। ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਲਿਆ ਲੰਬੇ ਹੱਥੀ। ਖਹਿਰਾ ਨੇ ਕਿਹਾ ਕਿ VIP ਕਲਚਰ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਨੇ ਬੰਗਲੇ ਦੀ ਰੈਨੋਵੇਸ਼ਨ 'ਤੇ ਖਰਚੇ 50 ਕਰੋੜ ਰੁਪਏ। ਭਗਵੰਤ ਮਾਨ ਹੈਲੀਕਾਪਟਰ ਤੋਂ ਥੱਲੇ ਪੈਰ ਨਹੀਂ ਰੱਖ ਰਿਹਾ। ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਕੱਸੇ ਤਿੱਖੇ ਨਿਸ਼ਾਨੇ। ਬਿੱਟੂ ਨੇ ਕਿਹਾ ਕੇਜਰੀਵਾਲ ਦੇ ਇੱਕ ਦਿਨ ਦੇ ਪੰਜਾਬ ਦੌਰੇ 'ਤੇ ਆਉਂਦਾ ਹੈ 8 ਲੱਖ ਰੁਪਏ ਦਾ ਖਰਚਾ। ਉਹ ਪੰਜਾਬ ਨੂੰ ਲੁੱਟਣ ਲਈ ਭਗਵੰਤ ਮਾਨ 'ਤੇ ਪਾ ਰਹੇ ਨੇ ਦਬਾਅ। ਚੋਣ ਪ੍ਰਚਾਰ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕੀਤਾ ਵੱਡਾ ਦਾਅਵਾ। ਬਾਜਵਾ ਨੇ ਕਿਹਾ CM ਮਾਨ ਹੁਣ ਸਿਰਫ 2-3 ਮਹੀਨੇ ਦੇ ਮਹਿਮਾਨ। ਫਰਵਰੀ ਮਹੀਨੇ ਭਗਵੰਤ ਮਾਨ ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਹੋ ਜਾਵੇਗੀ ਛੁੱਟੀ। ਅਤੇ ਹੁਣ ਖਬਰਾਂ ਦਾ ਵਿਸਥਾਰ। ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਸੰਬੰਧੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਸਾਂਝੀ ਕੀਤੀ। ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪ ਕੇ ਨਵੇਂ ਪ੍ਰਧਾਨ ਦੀ ਚੋਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਸੁਖਬੀਰ ਬਾਦਲ ਦੇ ਅਸਤੀਫੇ ਨੂੰ ਦੇਰੀ ਨਾਲ ਚੁੱਕਿਆ ਗਿਆ ਸਹੀ ਕਦਮ ਕਰਾਰ ਦਿੱਤਾ। ਬਰਾੜ ਨੇ ਕਿਹਾ ਕਿ ਹੁਣ ਬਾਦਲ ਪਰਿਵਾਰ ਦੇ ਕਿਸੇ ਮੈਂਬਰ ਨੂੰ ਪਾਰਟੀ ਦੀ ਪ੍ਰਧਾਨਗੀ ਨਹੀਂ ਦੇਣੀ ਚਾਹੀਦੀ। ਪਾਰਟੀ 'ਚੋਂ ਕੱਢੇ ਗਏ ਸਾਰੇ ਆਗੂਆਂ ਨੂੰ ਦੁਬਾਰਾ ਅਕਾਲੀ ਦਲ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਅਤੇ ਨਵੇਂ ਪ੍ਰਧਾਨ ਦੀ ਚੋਣ 'ਚ ਉਹਨਾਂ ਆਗੂਆਂ ਦੀ ਸਲਾਹ ਲਈ ਜਾਣੀ ਚਾਹੀਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਹੈ, ਜਿਸ ਦੀ ਪੁਸ਼ਟੀ ਖੁਦ ਦਲਜੀਤ ਚੀਮਾ ਦੇ ਵੱਲੋਂ ਕੀਤੀ ਗਈ ਹੈ। ਸੀਨੀਅਰ ਅਕਾਲੀ ਆਗੂ ਦਲਜੀਤ ਚੀਮਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਵਰਕਿੰਗ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ 18 ਨਵੰਬਰ ਨੂੰ 12 ਵਜੇ ਸੱਦਾ ਦਿੱਤਾ ਹੈ ਅਤੇ ਇਹ ਮੀਟਿੰਗ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿੱਚ ਹੋਵੇਗੀ, ਜਿੱਥੇ ਸੁਖਬੀਰ ਬਾਦਲ ਦੇ ਅਸਤੀਫੇ ਦੇ ਉੱਤੇ ਵਿਚਾਰ ਕੀਤਾ ਜਾਵੇਗਾ ਅਤੇ ਅਗਲੀ ਕਾਰਵਾਈ ਵੀ ਤੈਅ ਕੀਤੀ ਜਾਵੇਗੀ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਚਰਨਜੀਤ ਬਰਾੜ ਨੇ ਇਸ ਅਸਤੀਫੇ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੇਖੋ, ਮੈਂ ਸਮਝਦਾ ਕਿ ਬਹੁਤ ਦੇਰ ਕਰ ਦਿੱਤੀ, ਆਪਣਾ ਵੀ ਨੁਕਸਾਨ ਕਰਾ ਲਿਆ, ਪਾਰਟੀ ਦਾ ਵੀ ਨੁਕਸਾਨ ਕਰਤਾ। ਉਹ ਸਾਡੇ ਪਿੰਡਾਂ 'ਚ ਇੱਕ ਕਹਾਵਤ ਹੈਗੀ ਹੈ ਕਿ 100 ਗੰਢੇ ਵੀ ਖਾ ਲਏ, 100 ਛਿੱਤਰ ਵੀ ਖਾ ਲਏ ਅਤੇ ਅਖੀਰ 100 ਰੁਪਇਆ ਵੀ ਦੇਣਾ ਪਿਆ। ਇਸ ਕਰਕੇ ਬਹੁਤ ਵੱਡੇ ਨੁਕਸਾਨ ਤੋਂ ਬਾਅਦ ਅੱਜ ਫੈਸਲਾ ਲਿਆ। ਹੁਣ ਅੱਗੇ ਮੈਂ ਤਾਂ ਇਹੀ ਹਾਲੇ ਤੀਕ ਤਵੱਕੋ ਰੱਖੂੰਗਾ ਕਿ ਜਿਹੜੇ ਤਾਨਾਸ਼ਾਹੀ ਤਰੀਕੇ ਨਾਲ ਜਿਨ੍ਹਾਂ ਨੂੰ ਵੀ ਪਾਰਟੀ 'ਚੋਂ ਬਾਹਰ ਕੀਤਾ ਗਿਆ ਸੀ, ਉਹਨਾਂ ਨੂੰ ਵੀ ਵਾਪਸ ਬੁਲਾ ਕੇ ਫਿਰ ਫੈਸਲਾ ਹੋਣਾ ਚਾਹੀਦਾ ਕਿ ਕੌਣ ਅੱਗੇ ਪ੍ਰਧਾਨ ਬਣੇ। ਅਗਰ ਉਹੀ ਮਤਲਬ ਕੁਝ ਲੋਕਾਂ ਨੇ ਬੈਠ ਕੇ ਫੈਸਲਾ ਕਰਨਾ ਹੈ ਤੇ ਆਪਣਾ ਹੀ ਪ੍ਰਧਾਨ ਬਣਾਉਣਾ ਹੈ ਤੇ ਫਿਰ ਮੇਰਾ ਖਿਆਲ ਹਾਲੇ ਤੀਕ ਫਿਰ ਅੱਗੇ ਪਾਰਟੀ ਦੀ ਘਾਟੇ ਵਾਲਾ ਸੌਦਾ ਹੀ ਰਹੇਗਾ। ਦੇਖੋ, ਮੈਂ ਸਮਝਦਾ ਕਿ ਗੁਰੂ ਸਾਹਿਬ ਦੇ ਘਰ ਜਿਹੜੀ ਉਸ ਦਿਨ ਜਾ ਕੇ ਸੱਟ ਲੱਗੀ ਹੈ, ਕਈ ਵਾਰੀ ਬੰਦੇ ਨੂੰ ਕਿਸੇ ਠੋਕਰ ਤੋਂ ਹੀ ਸਿੱਖ ਮਿਲਦੀ ਹੈ। ਅਸੀਂ ਬੜਾ ਰੌਲਾ ਪਾ ਰਿਹਾ, ਬੜਾ ਮਤਲਬ ਚੀਖ ਝਾੜਾ ਵੀ ਕਰਕੇ ਕਹਿ ਕੇ ਦੇਖ ਲਿਆ ਸੀ ਪਰ ਸੁਣੀ ਨੀ। ਜਦੋਂ ਗੁਰੂ ਸਾਹਿਬ ਦੇ ਘਰੋਂ ਜਿਹੜੀ ਠੋਕਰ ਲੱਗੀ ਹੈ, ਮੇਰਾ ਖਿਆਲ ਹੈ ਕਿ ਸ਼ਾਇਦ ਉਹਨੇ ਹੀ ਕੋਈ ਅੰਦਰੋਂ ਦਿਮਾਗੀ ਤੌਰ ਤੇ ਜਗਾ ਦਿੱਤਾ ਹੋਵੇ ਔਰ ਸਹੀ ਫੈਸਲਾ ਲੈਣ ਦਾ ਜਿਹੜਾ ਉਹ ਮਨ ਬਣਾ ਲਿਆ ਹੋਵੇ। ਜਾਣਾ ਜਿਸ ਦਿਨ
ਅਕਾਲ ਤਖਤ ਸਾਹਿਬ ਤੇ ਜਾਣਾ ਸੀ, ਪਹਿਲਾਂ ਹੀ ਅਸਤੀਫਾ ਦੇ ਕੇ ਜਾਂਦੇ ਤੇ ਸ਼ਾਇਦ ਇਹਨਾਂ ਹਾਲਾਤਾਂ 'ਚ ਨਾ ਗੱਲ ਪਹੁੰਚਦੀ ਤੇ ਔਰ ਅੱਜ ਨੂੰ ਇਹ ਗੱਲ ਸ਼ਾਇਦ ਕਈ ਪਾਸੇ ਨੂੰ ਪਹਿਲਾਂ ਹੀ ਤੁਰੀ ਹੁੰਦੀ। ਇਸ ਕਰਕੇ ਸਾਰੇ ਮਰਜ਼ਾਦਾਵਾਂ ਦਾ ਘਾਣ ਕਰਨ ਤੋਂ ਬਾਅਦ ਅੱਜ ਮੈਂ ਸਮਝਦਾ ਕਿ ਪਾਰਟੀ ਤੋਂ ਅਸਤੀਫਾ ਦਿੱਤਾ, ਬਾਕੀ ਅਕਾਲ ਤਖਤ ਸਾਹਿਬ ਕੋਲੇ ਤਾਂ ਜੋ ਮਸਲਾ ਉਹ ਸਾਰਿਆਂ ਦਾ ਪੈਂਡਿੰਗ ਹੀ ਹੈ ਜੀ। ਜੀ ਬਰਾੜ ਸਾਹਿਬ, ਦਲਜੀਤ ਚੀਮਾ ਹੋਰਾਂ ਨੇ ਟਵੀਟ ਕੀਤਾ ਸੀ ਤੇ ਉਹ ਕਹਿ ਰਹੇ ਸੀ ਕਿ ਹੁਣ ਨਵੇਂ ਪ੍ਰਧਾਨ ਦੀ ਜਿਹੜੀ ਚੋਣ ਹੈ ਉਸ ਵਾਸਤੇ ਰਾਹ ਪੱਧਰਾ ਹੋ ਚੁੱਕਾ ਹੈ। ਸੋ ਤੁਹਾਡੇ ਮੁਤਾਬਿਕ ਹੁਣ ਕਿਸ ਨੂੰ ਚੁਣਿਆ ਜਾ ਸਕਦਾ ਹੈ ਜਾਂ ਕੌਣ ਹੋਣਾ ਚਾਹੀਦਾ ਹੈ ਅਗਲਾ ਪ੍ਰਧਾਨ? ਮੇਰੀ ਇਹ ਬੇਨਤੀ ਹੈ ਕਿ ਬਾਦਲ ਦਲ ਨਹੀਂ ਹੋਣਾ ਚਾਹੀਦਾ, ਸ਼੍ਰੋਮਣੀ ਅਕਾਲੀ ਦਲ ਹੋਣਾ ਚਾਹੀਦਾ। ਜਦੋਂ ਭਰਤੀ ਹੋ ਕੇ ਜਿੰਨੇ ਵੀ ਵਰਕਿੰਗ ਕਮੇਟੀ ਦੇ ਉਸ ਵੇਲੇ ਮੈਂਬਰ ਬਣੇ ਸੀ ਉਹਨਾਂ ਸਾਰਿਆਂ ਨੂੰ ਬੁਲਾਉਣਾ ਚਾਹੀਦਾ। ਹੋ ਸਕਦਾ ਕੋਈ ਹੋਰ ਕਿਸੇ ਪਾਰਟੀ ਚ ਵੀ ਬੈਠਾ ਹੋਵੇ ਬੰਦਾ, ਤੇ ਉਹਨੂੰ ਪੁੱਛਣਾ ਚਾਹੀਦਾ ਭਾਈ ਅਸੀਂ ਅੱਜ ਨਵਾਂ ਪ੍ਰਧਾਨ ਬਣਾਉਣ ਲੱਗੇ ਹਾਂ, ਤੂੰ ਪਾਰਟੀ ਚ ਵਾਪਸ ਆਉਣਾ ਤਾਂ ਆ। ਸਾਰਿਆਂ ਨੂੰ ਸੱਦਾ ਦੇ ਕੇ ਸਾਰਿਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਫਿਰ ਸਾਂਝਾ ਪ੍ਰਧਾਨ ਚੁਣ ਕੇ ਅੱਗੇ ਪਾਰਟੀ ਨੂੰ ਅੱਗੇ ਵਧਾਉਣਾ ਚਾਹੀਦਾ। ਜ਼ਿਕਰ ਖਾਸ ਹੈ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਬਾਦਲ 16 ਸਾਲ ਤੋਂ ਵੱਧ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵੇਖ ਰਹੇ ਸਨ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇਦਾਰਾਂ ਤੇ ਵਰਕਿੰਗ ਕਮੇਟੀ ਦੇ ਅਹੁਦੇ ਲਈ ਚੋਣਾਂ 14 ਦਸੰਬਰ 2024 ਨੂੰ ਹੋਣੀਆਂ ਨੇ, ਜਦੋਂ ਇਸ ਦੀ 5 ਸਾਲ ਦੀ ਮਿਆਦ ਸਮਾਪਤ ਹੋ ਜਾਵੇਗੀ। ਵੇਖਣਾ ਹੋਵੇਗਾ ਅਕਾਲੀ ਦਲ ਨੂੰ ਅਗਲਾ ਪ੍ਰਧਾਨ ਕੌਣ ਮਿਲਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਪੁਲਿਸ 'ਚ ਨਵ ਨਿਯੁਕਤ 1205 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ। ਇਸ ਮੌਕੇ ਸੀਐਮ ਮਾਨ ਨੇ ਨਵ ਨਿਯੁਕਤ ਕਾਂਸਟੇਬਲਾਂ ਨੂੰ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਵਿਹੜੇ 'ਚ 1746 ਕਾਂਸਟੇਬਲ ਸ਼ਾਮਲ ਹੋਏ ਨੇ, ਜਿਨ੍ਹਾਂ 'ਚੋਂ 1205 ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ। 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਤੋਂ ਬਾਅਦ ਰਹਿੰਦੇ 541 ਕਾਂਸਟੇਬਲਾਂ ਨੂੰ ਵੀ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 2.5 ਸਾਲਾਂ 'ਚ 48,000 ਨੌਜਵਾਨਾਂ ਨੂੰ ਨੌਕਰੀ ਦੇ ਚੁੱਕੀ ਹੈ। ਪੰਜਾਬ ਪੁਲਿਸ 'ਚ 8,705 ਲੋਕਾਂ ਨੂੰ ਨੌਕਰੀ ਦਿੱਤੀ ਜਾ ਚੁੱਕੀ ਹੈ ਅਤੇ 10,000 ਪੋਸਟ ਹੋਰ ਤਿਆਰ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਵਿੱਚ ਪੰਜਾਬ ਪੁਲਿਸ ਦੇ ਨਵ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਵਾਸਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਨੇ ਸ਼ਿਰਕਤ ਕੀਤੀ। 1746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣੇ ਸਨ, ਪਰ ਜ਼ਿਮਨੀ ਚੋਣਾਂ ਕਰਕੇ ਕੇਵਲ 1205 ਨੌਜਵਾਨਾਂ ਨੂੰ ਹੀ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਜਿੰਨੇ ਵੀ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਮੈਂ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਵਧਾਈਆਂ ਦਿੰਦਾ। ਅੱਜ 1205 ਜਿਹੜੇ ਨੌਜਵਾਨ ਮੁੰਡੇ ਕੁੜੀਆਂ ਭਰਤੀ ਹੋਏ ਨੇ, ਟੋਟਲ 1700 ਹੈ, ਕਿਉਂਕਿ ਬਾਕੀ 4 ਜ਼ਿਲ੍ਹਿਆਂ ਦੇ ਵਿੱਚ ਕੋਡ ਲੱਗਿਆ ਹੋਇਆ, ਇਲੈਕਸ਼ਨ ਕੋਡ ਲੱਗਿਆ, ਬਾਈ ਇਲੈਕਸ਼ਨ ਹੈ, ਅਗਲੇ ਹਫ਼ਤੇ ਕੋਡ ਹਟ ਜਾਊਗਾ ਤਾਂ ਉਹਨਾਂ ਨੂੰ ਵੀ ਮਿਲ ਜੂ। ਤੇ ਉਧਰ ਅਰਵਿੰਦ ਕੇਜਰੀਵਾਲ ਨੇ ਵੀ ਇਸ ਭਰਤੀ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। ਅਭੀ ਤੱਕ 8705 ਲੋਕੋ ਕੋ 2.5 ਸਾਲ ਮੇ ਜਬ ਸੇ ਹਮਾਰੀ ਸਰਕਾਰ ਬਨੀ ਹੈ ਤਬ ਸੇ 8705 ਲੋਕੋ ਕੋ ਪੰਜਾਬ ਪੁਲਿਸ ਮੇ ਭਰਤੀ ਦੀ ਜਾ ਚੁੱਕੀ ਹੈ। ਮੈਂ ਹਮਾਰੀ ਸਰਕਾਰ ਹੈ ਪੰਜਾਬ ਮੇ ਇਸ ਲਈ ਨਹੀਂ ਕਹਿ ਰਹਾ, ਲੇਕਿਨ ਯੇ ਸੱਚ ਹੈ ਕਿ ਪੰਜਾਬ ਪੁਲਿਸ ਦੇਸ਼ ਕੀ ਸਬਸੇ ਡਿਸਿਪਲਿਨਡ, ਸਬਸੇ ਸਟ੍ਰਿਕਟ ਔਰ ਸਬਸੇ ਸੈਲੀਬ੍ਰੇਟਿਡ ਪੁਲਿਸ ਫੋਰਸ ਹੈ।
ਜ਼ਿਕਰ ਖਾਸ ਹੈ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਬਾਕੀ ਦੇ ਨੌਜਵਾਨ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਯੁਕਤੀ ਪੱਤਰ ਸੌਂਪ ਦਿੱਤੇ ਜਾਣਗੇ। ਹਲਕਾ ਗਿੱਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਅਮ੍ਰਿਤਾ ਵੜਿੰਗ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪੁੱਜੇ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਲੰਬੇ ਹੱਥੀਂ ਲਿਆ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਥਾਪਨਾ ਦੇਸ਼ ਦੀ ਰਾਜਨੀਤੀ ਬਦਲਣ ਅਤੇ VIP ਕਲਚਰ ਨੂੰ ਖਤਮ ਕਰਨ ਦੇ ਵਾਅਦੇ ਨਾਲ ਕੀਤੀ ਗਈ ਸੀ। ਹੁਣ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 50 ਕਰੋੜ ਰੁਪਏ ਆਲੀਸ਼ਾਨ ਬੰਗਲੇ ਦੀ ਰੈਨੋਵੇਸ਼ਨ 'ਤੇ ਖਰਚ ਕੀਤੇ ਗਏ। ਕੇਜਰੀਵਾਲ ਨੇ ਬੰਗਲੇ ਦੇ ਵਿੱਚ 250 AC ਲਗਵਾਏ। ਇਸੇ ਤਰ੍ਹਾਂ ਭਗਵੰਤ ਮਾਨ ਦਾ ਪਰਿਵਾਰ ਵੀ ਲੈਂਡ ਕਰੂਜ਼ਰ 'ਚ ਘੁੰਮ ਰਿਹਾ ਹੈ ਅਤੇ ਉਹ ਆਪ ਹੈਲੀਕਾਪਟਰ ਤੋਂ ਥੱਲੇ ਪੈਰ ਨਹੀਂ ਰੱਖ ਰਿਹਾ। ਖਹਿਰਾ ਨੇ ਕਿਹਾ ਕਿ ਬਦਲਾਅ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣਾਂ 'ਚ ਆਪਣੇ ਲੀਡਰ ਦੇ ਰਿਸ਼ਤੇਦਾਰ ਨੂੰ ਟਿਕਟ ਦਿੱਤੀ। ਪੰਜਾਬ ਦੇ ਵਿੱਚ 20 ਨਵੰਬਰ ਨੂੰ ਜ਼ਿਮਨੀ ਚੋਣਾਂ ਲਈ ਵੋਟਾਂ ਪੈਣ ਜਾ ਰਹੀਆਂ ਨੇ ਤੇ 23 ਨਵੰਬਰ ਨੂੰ ਇਸ ਦੇ ਨਤੀਜੇ ਸਾਹਮਣੇ ਆਉਣਗੇ। ਡੇਰਾ ਬਾਬਾ ਨਾਨਕ, ਛੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ਦੇ ਵਿੱਚ ਵੋਟਿੰਗ ਹੋਵੇਗੀ ਤੇ ਉਧਰ ਗਿੱਦੜਬਾਹਾ ਦੀ ਸਿਆਸਤ ਪੂਰੇ ਜ਼ੋਰਾਂ ਸ਼ੋਰਾਂ ਨਾਲ ਮਗਦੀ ਵਿਖਾਈ ਦੇ ਰਹੀ ਹੈ, ਜਿੱਥੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੀ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਪਹੁੰਚੇ ਹੋਏ ਸਨ। ਇਸ ਦੌਰਾਨ ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ ਰਹੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ। ਸਭ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਤੇ ਇਹਨਾਂ ਦਾ ਲਾੜਾ ਜਿਹੜਾ ਸੀਗਾ, ਇਹਨਾਂ ਨੇ ਕਿਹਾ ਕਿ ਅਸੀਂ ਸਾਦਗੀ ਲੈ ਕੇ ਆਵਾਂਗੇ, ਕਿਉਂਕਿ ਜਿਹੜੇ ਪੁਰਾਣੀਆਂ ਰਵੇਤੀ ਪਾਰਟੀਆਂ ਸੀ ਉਹਨਾਂ ਨੇ ਬਹੁਤ ਖਰਚਾ ਕੀਤਾ, ਬੜੀ ਸ਼ਾਨੋ ਸ਼ੌਕਤ ਰਹਿੰਦੇ ਨੇ, ਜਹਾਜ਼ਾਂ 'ਚ ਉੱਡਦੇ ਨੇ, ਗੱਡੀਆਂ 'ਚ ਉੱਡਦੇ ਨੇ, ਸਿਕਿਉਰਿਟੀਆਂ ਲੈਂਦੇ ਨੇ, ਤੇ ਅਸੀਂ VIP ਕਲਚਰ ਖਤਮ ਕਰਕੇ ਸਾਦਗੀ ਲੈ ਕੇ ਆਵਾਂ। ਪਹਿਲਾਂ ਤਾਂ ਇਹਨਾਂ ਦਾ ਮੁੱਢਲਾ ਅਸੂਲ ਇਹ ਹੈ ਜੀ। ਹੁਣ ਤੁਸੀਂ ਨੇ ਕਿਹਾ, ਮੰਨ ਲਓ ਕੇਜਰੀਵਾਲ ਸਾਹਿਬ ਦਾ ਜਦੋਂ ਉਹਨਾਂ ਨੂੰ ਲਾਇਆ ਮੁੱਖ ਮੰਤਰੀ ਤੋਂ, ਸੁਪਰੀਮ ਕੋਰਟ ਨੇ ਲਾਇਆ, ਆਪ ਹੀ ਸੀ ਛੱਡਦਾ ਉਹ, ਤੇ ਉਹਦੇ ਜਿਹੜੇ ਘਰ ਦੀ ਜਾਂਚ ਕੀਤੀ, ਉਹਦੀ ਵੀਡੀਓ ਸੋਸ਼ਲ ਮੀਡੀਆ 'ਤੇ ਆਈਆਂ, 50 ਕਰੋੜ ਰੁਪਈਆ ਜਿਹੜਾ ਸਰਕਾਰੀ ਘਰ ਸੀ, ਜਿਹੜੇ ਪਹਿਲੇ ਬੜੇ ਚੰਗੇ ਹੁੰਦੇ ਨੇ, ਉਹਦੇ ਤੇ 50 ਕਰੋੜ ਰੁਪਈਆ ਹੋਰ ਖਰਚ ਕੇ ਪਤਾ ਨੀ ਖਰੇ 200 ਟਨ ਦਾ AC ਪਲਾਂਟ, ਅਗਰ ਆਪਾਂ 1 ਟਨ ਦਾ ਛੋਟਾ AC ਜਿਹੜਾ ਗਰੀਆਂ ਆਪਾਂ ਪਿੰਡਾਂ 'ਚ ਲਾਉਂਦੇ ਹਾਂ, ਤੇ 50 AC ਐਕਸਟਰਾ, 250 AC ਇੱਕ ਮਕਾਨ ਵਿੱਚ, ਜਿਹੜਾ ਦੂਜਿਆਂ ਨੂੰ ਟਿਚੜਾ ਕਹਿੰਦਾ ਸੀ ਜੀ ਆਸ਼ੀਲਾ ਡਿਕਸ਼ਨ ਨੇ ਜੀ ਬਾਥਰੂਮ 'ਚ AC ਲਾਇਆ ਵਾ, ਬਾਥਰੂਮਾਂ 'ਚ ਛੱਡ ਹੀ ਗੱਲ ਦਿਓ, ਸੰਗਮਰਮਰ ਤੇ ਆਹ ਜਿਹੜੇ ਸੋਫੇ ਤੇ ਆ ਹੈਲਥ ਕਲੱਬ ਤੇ, ਤੋਬਾ ਮੇਰੇ, ਇਹ ਕੇਜਰੀਵਾਲ ਸਾਹਿਬ ਹੋਰ ਨਿਕਾਰ ਕੀ ਹੁੰਦਾ ਵਾ। ਵੇਖਣਾ ਹੋਵੇਗਾ ਕਿ ਇਹਨਾਂ ਚੋਣਾਂ ਦੇ ਕੀ ਨਤੀਜੇ ਆਉਂਦੇ ਨੇ ਤੇ ਲੋਕ ਕਿਹਦੇ ਹੱਕ ਵਿੱਚ ਭੁਗਤਦੇ ਨੇ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਦਿੱਲੀ ਵਿਖੇ ਇੰਦਰਪੁਰੀ ਫੁੱਟ ਓਵਰ ਬ੍ਰਿਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਕੱਸੇ। ਰਵਨੀਤ ਬਿੱਟੂ ਨੇ ਕਿਹਾ ਕਿ ਕੇਜਰੀਵਾਲ ਅਫਵਾਹਾਂ ਫੈਲਾਉਣ 'ਚ ਮਾਹਰ ਨੇ, ਅੱਜ ਸ਼ਾਇਦ ਉਹ ਪਰਾਲੀ ਦਾ ਧੂੰਆਂ ਲੈਣ ਲਈ ਸ਼ਾਨਦਾਰ ਪ੍ਰਾਈਵੇਟ ਜਹਾਜ਼ 'ਚ ਪੰਜਾਬ ਗਏ ਨੇ। ਕੇਜਰੀਵਾਲ ਦੇ ਇੱਕ ਦਿਨ ਦੇ ਪੰਜਾਬ ਦੇ ਦੌਰੇ 'ਤੇ 8 ਲੱਖ ਰੁਪਏ ਦਾ ਖਰਚਾ ਆਉਂਦਾ ਹੈ। ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਦੀ ਕੇਜਰੀਵਾਲ ਨੂੰ ਕੋਈ ਉਮੀਦ ਨਹੀਂ ਹੈ, ਇਸ ਲਈ ਉਹਨਾਂ ਦੀ ਅੱਖ ਪੰਜਾਬ 'ਤੇ ਹੈ। ਉਹ ਪੰਜਾਬ ਨੂੰ ਲੁੱਟਣ ਲਈ ਭਗਵੰਤ ਮਾਨ 'ਤੇ ਦਬਾਅ ਪਾ ਰਹੇ ਨੇ। ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ, ਪੰਜਾਬ 'ਚ ਅਪਰਾਧਿਕ ਸਰਗਰਮੀਆਂ ਵੱਧ ਗਈਆਂ ਨੇ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅੱਜ ਨਵੀਂ ਦਿੱਲੀ ਵਿਖੇ ਇੱਕ ਸਮਾਗਮ 'ਚ ਸ਼ਿਰਕਤ ਕਰਨ ਵਾਸਤੇ ਪਹੁੰਚੇ। ਇਸ ਮੌਕੇ ਉਹਨਾਂ ਨੇ ਇੰਦਰਪੁਰੀ ਹਾਲਟ ਸਟੇਸ਼ਨ ਨਵੀਂ ਦਿੱਲੀ ਵਿਖੇ ਰੇਲਵੇ ਫੁੱਟ ਓਵਰ ਬ੍ਰਿਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਸਦ ਮੈਂਬਰ ਬੰਸਰੀ ਸਵਰਾਜ ਉੱਥੇ ਮੌਜੂਦ ਸਨ ਤੇ ਦਿੱਲੀ ਡਿਵੀਜ਼ਨ ਦੇ ਹੋਰ ਵੀ ਸੀਨੀਅਰ ਅਧਿਕਾਰੀ ਰਵਨੀਤ ਬਿੱਟੂ ਦੇ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋਏ। ਫੁੱਟ ਓਵਰ ਬ੍ਰਿਜ ਦੀ ਕੀਮਤ ਲਗਭਗ 6 ਕਰੋੜ ਰੁਪਏ ਦੱਸੀ ਜਾ ਰਹੀ ਹੈ ਤੇ ਇਹ ਜੁਲਾਈ 2025 ਤੱਕ ਪੂਰਾ ਹੋਣ ਦੀ ਉਮੀਦ ਕੀਤੀ ਗਈ ਹੈ। ਇਸ ਦੌਰਾਨ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜੰਮ ਕੇ ਘੇਰਿਆ ਤੇ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਧੇ।
अफवाह फैलाने वाले वो माहर हैं, आज वो अफवाह फैलाने पंजाब गए हुए हैं। वहां पे अभी मैं देख रहा था पंजाब में वो जो पराली का धुआं है, मेरे ख्याल से जो वो पंजाब से केजरीवाल साहब लेने गए होंगे, कम ना रह जाए कोई। मतलब इस तरीके से हमें पंजाब को उन्होंने बर्बाद किया। इस तरीके से आज पंजाब के हालात हैं, आप टीवी पे देखते होंगे, रोज आना कत्ल, रोज आना स्नैचिंग, रोज आना नशा 10 गुना बढ़ चुका है। आज ज्यादा दौरे वो कर रहे हैं पंजाब में, क्योंकि आपकी इलेक्शन है जो फरवरी में है, तो वहां से मैं कहना नहीं चाहता लेकिन कहूंगा भी किस तरीके से यहां तो काम अब उनका बंद हो गया, दुकानदारी बंद है। तो मेरे साथ ही एक बहुत शानदार प्राइवेट 12-15 सीटर जहाज लैंड किया उतरा, ये 6 बजे की बात है। अब प्राइवेट जहाज और सरकारी जहाज यहां से कोई कम नहीं जाते, दिल्ली चंडीगढ़ तो लगातार फ्लाइट्स हैं। तो जनाबे आली जब देखा भी ये इतना बड़ा प्लेन, अलीशान प्लेन। जिक्र खास है कि जिमनी चोणा दे चोन प्रचार लई अरविंद केजरीवाल पंजाब गए हुए ने, जिस नूं लेके रवनीत बिट्टू ने बयान दिता है। वेखना होवेगा आम आदमी पार्टी वालों इसका की मोड़वा जवाब दिता जांदा है। ਵਿਧਾਨ ਸਭਾ ਹਲਕਾ ਚੱਬੇਵਾਲ 'ਚ ਚੋਣ ਪ੍ਰਚਾਰ ਕਰਨ ਪੁੱਜੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਵੱਡਾ ਦਾਅਵਾ ਕੀਤਾ ਹੈ। ਬਾਜਵਾ ਨੇ ਕਿਹਾ ਕਿ ਸੀਐਮ ਮਾਨ ਹੁਣ ਸਿਰਫ 2-3 ਮਹੀਨੇ ਦੇ ਮਹਿਮਾਨ ਨੇ। ਦਿੱਲੀ ਵਾਲਿਆਂ ਨੇ ਭਗਵੰਤ ਮਾਨ 'ਤੇ ਨਕੇਲ ਕੱਸ ਦਿੱਤੀ ਹੈ। ਫਰਵਰੀ ਮਹੀਨੇ ਭਗਵੰਤ ਮਾਨ ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਛੁੱਟੀ ਹੋ ਜਾਵੇਗੀ। ਇਸੇ ਤਰ੍ਹਾਂ ਰਾਜਕੁਮਾਰ ਚੱਬੇਵਾਲ ਦਾ ਵੀ ਮਾੜਾ ਹਸ਼ਰ ਹੋਣ ਵਾਲਾ ਹੈ। ਚੱਬੇਵਾਲ ਨੂੰ ਆਪਣੀ ਦੌਲਤ 'ਤੇ ਬਹੁਤ ਘਮੰਡ ਹੈ। ਉਹਨਾਂ ਨੇ ਗਰੀਬਾਂ ਦੇ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਵਾਲੀ ਸਕੀਮ 'ਚ ਘੁਟਾਲਾ ਕੀਤਾ। ਬਾਜਵਾ ਨੇ ਕਿਹਾ ਕਿ ਚੱਬੇਵਾਲ ਨੇ ਨਾ ਸਿਰਫ ਆਪਣੀ ਮਾਂ ਪਾਰਟੀ ਸਗੋਂ ਹਲਕੇ ਦੇ ਲੋਕਾਂ ਦੀ ਪਿੱਠ 'ਚ ਵੀ ਛੁਰਾ ਮਾਰਿਆ, ਹੁਣ ਲੋਕਾਂ ਨੂੰ ਰਾਜਕੁਮਾਰ ਚੱਬੇਵਾਲ ਨੂੰ ਸਬਕ ਸਿਖਾਉਣ ਦਾ ਮੌਕਾ ਮਿਲਿਆ ਹੈ। ਪੰਜਾਬ 'ਚ ਇਸ ਵੇਲੇ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਸਿਆਸਤ ਜ਼ੋਰਾਂ ਸ਼ੋਰਾਂ 'ਤੇ ਹੈ, ਜਿੱਥੇ ਪੰਜਾਬ ਦੀ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਨੇ ਅਤੇ ਅੱਜ ਉਹ ਚੋਣ ਪ੍ਰਚਾਰ ਕਰਨ ਚੱਬੇਵਾਲ ਗਏ। ਉਹਨਾਂ ਨੇ ਆਪਣੇ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਦੇ ਹੱਕ ਵਿੱਚ ਡਟ ਕੇ ਪ੍ਰਚਾਰ ਤਾਂ ਕੀਤਾ ਹੀ, ਨਾਲ ਹੀ ਆਮ ਆਦਮੀ ਪਾਰਟੀ ਦੇ MP ਰਾਜਕੁਮਾਰ ਚੱਬੇਵਾਲ ਦੇ ਉੱਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ। ਦਰਅਸਲ ਰਾਜਕੁਮਾਰ ਚੱਬੇਵਾਲ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ ਅਤੇ ਉੱਥੋਂ ਹੁਣ ਉਹ MP ਬਣ ਗਏ ਨੇ। ਇਸ ਦੌਰਾਨ ਚੱਬੇਵਾਲ ਤੋਂ ਉਹਨਾਂ ਦੇ ਬੇਟੇ ਇਸ਼ਾਂਕ ਚੱਬੇਵਾਲ ਨੂੰ ਉਮੀਦਵਾਰ ਬਣਾ ਕੇ ਜ਼ਿਮਨੀ ਚੋਣਾਂ ਵਿੱਚ ਉਤਾਰਿਆ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਚੱਬੇਵਾਲ ਪਰਿਵਾਰ ਨੂੰ ਕਿਸ ਤਰ੍ਹਾਂ ਘੇਰਿਆ, ਆਓ ਸੁਣਦੇ ਹਾਂ। ਮੈਨੂੰ ਪਤਾ ਕਿ ਜਿਹੜੇ ਪੰਜਾਬੀ ਨੇ ਭੈਣ ਜੀ, ਇਹ ਝੋਲੀ ਅੱਡ ਕੇ ਹੱਥ ਜੋੜ ਕੇ ਪਿਆਰ ਦੀ ਜ਼ੁਬਾਨ ਤੇ ਸਮਝਦੇ, ਮੁਗਲ ਨਹੀਂ ਇਹਨਾਂ ਨੂੰ ਡਰਾ ਸਕੇ, ਅਫਗਾਨੀ ਨਹੀਂ ਸਾਨੂੰ ਡਰਾ ਸਕੇ, ਅੰਗਰੇਜ਼ ਨਹੀਂ ਸਾਡੇ ਤੇ ਰਾਜ ਧੱਕੇ ਨਾ ਕਰ ਸਕੇ, ਤੇ ਆਹ ਜਿਹੜਾ ਛੋਟਾ ਜਿਹਾ ਫਿਰਦਾ ਇਹਨੇ ਸਾਡੇ ਤੇ ਰਾਜ ਕੀਤਾ, ਇਹ ਤੇ ਹੁਣ ਜਾਣ ਵਾਲੇ ਸਨ। ਮੇਰੀ ਇੱਕ ਚੰਗੀ ਤਰ੍ਹਾਂ ਸਮਝ ਲਓ, ਚੰਦ ਪੇਸ਼ ਹੋਈਆਂ ਮੈਂ ਪਹਿਲੇ ਵੀ ਕਰਦਾ ਰਿਹਾ, ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਸੱਚ ਨਿਕਲਦੀਆਂ ਰਹੀਆਂ। ਜਿਹਦੇ ਸਿਰ ਤੇ ਰਾਜਕੁਮਾਰ ਨੱਚਦਾ ਜਾਂ ਜਿਹਨੇ ਇਹਦੇ ਧਰਮ ਤਬਦੀਲ ਕੀਤਾ, ਇਹ ਖੁਦ ਭਗਵੰਤ ਮਾਨ ਜਿਹੜਾ ਅਗਲੇ ਸਾਲ ਫਰਵਰੀ ਦੇ ਮਹੀਨੇ ਚ ਚਲਾ ਜਾਣਾ। ਇਹਦੀਆਂ ਬਾਹਾਂ ਇਹਨਾਂ ਨੇ ਕੇਜਰੀਵਾਲ ਨੇ ਬੰਨ ਲਈਏ ਤੇ ਬਸ ਗਿੱਠੇ ਬੰਨਣ ਵਾਲੇ ਰਹਿ ਗਏ।
ਇਹ 2-3 ਮਹੀਨੇ ਦਾ ਮੇਰਾ ਪ੍ਰੋਗਰਾਮ ਤੇ ਰਾਜ ਕੁਮਾਰ ਦੀ ਵੀ ਜਿਹੜੀ ਤਾਕਤ ਹੈ ਜਿਹੜੀ ਇਹਨੂੰ ਇੱਕ ਬਹੁਤ ਵੱਡੀ ਗਲਤ ਫਹਿਮੀ ਸੀ ਕਿ ਮੈਂ ਬਹੁਤ ਜ਼ਿਆਦਾ ਸਿਆਣਾ ਮੈਂ ਬਹੁਤ ਚਤੁਰ ਹਾਂ ਮੇਰੇ ਕੋਲ ਪੈਸੇ ਬੜੇ ਨੇ ਮੈਂ ਕਿਸੇ ਦੀ ਵੀ ਜ਼ਮੀਨ ਨੂੰ ਖਰੀਦ ਸਕਦਾ ਮੈਨੂੰ ਮੈਂ ਚੋਲੀ ਅੱਡ ਕੇ ਹੱਥ ਜੋੜ ਕੇ ਤੁਹਾਨੂੰ ਗੁਜ਼ਾਰਿਸ਼ ਕਰਨੀ ਚੱਬੇਵਾਲ ਨਲਕੇ ਵਾਲੇ ਵੀਰ ਹੁਣ ਚਾਹੀਦਾ ਤੁਹਾਨੂੰ ਪਤਾ ਗਦਾਰਾਂ ਨੂੰ ਕੋਈ ਵੀ ਸਭਿਤਾ ਜਿਹੜੀ ਹੈ ਬਰਦਾਸ਼ਤ ਨਹੀਂ ਕਰਦੀ ਜ਼ਿਕਰ ਖਾਸ ਹੈ ਕਿ ਚੱਬੇਵਾਲ ਵਿੱਚ ਵੀ ਰੈਲੀਆਂ ਦਾ ਦੌਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਹੁਣ ਕਾਂਗਰਸ ਵੀ ਉੱਥੇ ਆਪਣਾ ਪੂਰਾ ਜ਼ੋਰ ਲਗਾਉਂਦੀ ਵਿਖਾਈ ਦੇ ਰਹੀ ਹੈ ਬਹਰਹਾਲ ਨਤੀਜੇ ਕੀ ਹੋਣਗੇ ਇਹ ਤਾਂ 20 ਨਵੰਬਰ ਨੂੰ ਵੇਖਣਯੋਗ ਹੋਵੇਗਾ ਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਆਗੂਆਂ ਨੇ ਵੱਡਾ ਐਲਾਨ ਕਰ ਦਿੱਤਾ ਹੈ 26 ਨਵੰਬਰ ਨੂੰ ਕਿਸਾਨ ਆਗੂ ਅਣਮਿੱਥੇ ਸਮੇਂ ਲਈ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਲਈ ਬੈਠਣਗੇ MSP ਦੀ ਕਾਨੂੰਨੀ ਗਰੰਟੀ ਸਮੇਤ ਕਈ ਹੋਰ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਦੌਰਾਨ ਇਸ ਸੰਬੰਧੀ ਐਲਾਨ ਕੀਤਾ ਡੱਲੇਵਾਲ ਨੇ ਕਿਹਾ ਕਿ ਉਹ ਖਨੌਰੀ ਸਰਹੱਦ 'ਤੇ 26 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠਣਗੇ ਇਸ ਦੌਰਾਨ ਉਹਨਾਂ ਦੀ ਜਾਨ ਚਲੀ ਗਈ ਤਾਂ ਉਹਨਾਂ ਦਾ ਅੰਤਿਮ ਸੰਸਕਾਰ ਨਾ ਕੀਤਾ ਜਾਵੇ ਅਤੇ ਉਸ ਦਿਨ ਹੀ ਦੂਜਾ ਕਿਸਾਨ ਆਗੂ ਭੁੱਖ ਹੜਤਾਲ 'ਤੇ ਬੈਠ ਜਾਵੇ ਅਤੇ ਉਹਨਾਂ ਦਾ ਸਰੀਰ ਉੱਥੇ ਰੱਖ ਕੇ ਅੰਦੋਲਨ ਜਾਰੀ ਰੱਖਿਆ ਜਾਵੇ ਅਤੇ ਇਹ ਲੜੀ ਇੰਝ ਹੀ ਚੱਲਦੀ ਰਹੇਗੀ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਜਥੇਬੰਦੀਆਂ ਵੱਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਅਹਿਮ ਅਤੇ ਚਿੰਤਾਜਨਕ ਐਲਾਨ ਕਰ ਦਿੱਤਾ ਦਰਅਸਲ ਡੱਲੇਵਾਲ ਨੇ ਕਿਹਾ ਕਿ ਉਹ 26 ਨਵੰਬਰ ਤੋਂ ਖਨੌਰੀ ਬਾਰਡਰ ਦੇ ਮੋਰਚੇ ਦੇ ਉੱਤੇ ਅਣਮਿੱਥੇ ਸਮੇਂ ਲਈ ਮਰਨ ਵਰਤ ਦੇ ਉੱਤੇ ਬੈਠਣਗੇ ਜੇ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਫਿਰ ਇਹ ਕਦਮ ਉਹਨਾਂ ਦੇ ਵੱਲੋਂ ਚੁੱਕਿਆ ਜਾਵੇਗਾ ਡੱਲੇਵਾਲ ਨੇ ਕਿਹਾ ਕਿ ਜੇ ਇਸ ਅੰਦੋਲਨ ਦੇ ਦੌਰਾਨ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਫਿਰ ਅਗਲਾ ਨੇਤਾ ਮਰਨ ਵਰਤ ਦੇ ਉੱਤੇ ਬੈਠ ਜਾਵੇਗਾ ਕਿ 18 ਫਰਵਰੀ ਸੇ ਬਾਅਦ ਆਜ ਤੱਕ ਸਰਕਾਰ ਨੇ ਕਿਸਾਨੋਂ ਕੇ ਸਾਥ ਬਾਤ ਕਰਨੇ ਕੀ ਜ਼ਰੂਰਤ ਮਹਿਸੂਸ ਨਹੀਂ ਕੀ ਔਰ ਐਸੇ ਹਾਲਾਤ ਮੇਂ ਅੰਦੋਲਨ ਕੋ ਕੈਸੇ ਤੇਜ਼ ਕੀਆ ਜਾਏ ਔਰ ਉਸਕੋ ਪੀਸਫੁਲੀ ਵੀ ਰੱਖਾ ਜਾਏ ਉਸਕੇ ਲੀਏ ਜੋ ਵਿਕਲਪ ਨਿਕਲਤਾ ਹੈ ਵੋ ਯਹੀ ਨਿਕਲਤਾ ਹੈ ਕਿ ਫਿਰ ਜੋ ਹਮ ਨੇਤਾ ਹੋਤੇ ਹੈ ਵੋ ਆਪਣੇ ਪ੍ਰਾਣੋ ਕੀ ਆਹੂਤੀ ਦੇ ਔਰ ਇੱਕ ਤੋ ਕੋਈ ਰਸਤਾ ਬਾਕੀ ਨਹੀਂ ਨਿਕਲਤਾ ਤੋ ਉਸਕੇ ਲੀਏ ਪ੍ਰੋਗਰਾਮ ਦਿਆ ਗਿਆ ਹੈ ਜ਼ਿਕਰ ਖਾਸ ਹੈ ਕਿ ਬੀਤੇ 9 ਮਹੀਨੇ ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਅਜਿਹੇ ਦੇ ਵਿੱਚ ਬਾਰ ਬਾਰ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਵੀ ਕੀਤੀ ਗਈ ਪਰ ਇਹ ਮੀਟਿੰਗਾਂ ਵਿੱਚ ਕੋਈ ਸਿੱਟੇ ਨਿਕਲਦੇ ਵਿਖਾਈ ਨਹੀਂ ਦਿੱਤੇ ਉੱਧਰ ਹਰਿਆਣਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕੇ ਬੈਠੀ ਹੋਈ ਹੈ ਅਜਿਹੇ ਵਿੱਚ ਕਿਸਾਨਾਂ ਦਾ ਇਹ ਫੈਸਲਾ ਸਰਕਾਰ ਵਾਸਤੇ ਕਿੰਨਾ ਕੁ ਚਿੰਤਾਜਨਕ ਬਣਦਾ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਯੋਗ ਹੋਵੇਗਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੇਂਦਰ ਸਰਕਾਰ ਤੇ MSP ਦੇ ਮੁੱਦੇ ਤੇ ਗੁੰਮਰਾਹ ਕਰਨ ਦੇ ਆਰੋਪ ਲਗਾਏ ਨੇ ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਫਸਲਾਂ MSP ਤੇ ਖਰੀਦਣ ਦਾ ਦਾਅਵਾ ਕਰਦੀ ਹੈ ਮਹਾਰਾਸ਼ਟਰ 'ਚ ਇਸ ਵੇਲੇ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਉੱਥੇ ਵੀ ਸੋਇਆਬੀਨ ਦੀ ਫਸਲ MSP ਤੋਂ 1200 ਰੁਪਏ ਘੱਟ ਕੀਮਤ 'ਤੇ ਖਰੀਦੀ ਜਾ ਰਹੀ ਹੈ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪੂਰਾ ਭਾਅ ਨਹੀਂ ਮਿਲ ਰਿਹਾ ਪੰਧੇਰ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ ਭਾਰਤ 'ਚ ਬੇਰੋਜ਼ਗਾਰੀ ਦੀ ਦਰ ਸਭ ਤੋਂ ਵੱਧ ਹੈ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ ਦੇਸ਼ ਨੂੰ ਬਚਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਫਰਵਰੀ ਮਹੀਨੇ ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਅਜਿਹੇ ਵਿੱਚ ਸ਼ੰਭੂ ਮੋਰਚੇ 'ਤੇ ਕਿਸਾਨਾਂ ਨੂੰ ਅੱਜ 277ਵਾਂ ਦਿਨ ਹੋ ਚੁੱਕਿਆ ਹੈ
ਵਰਦੀ ਧੁੰਦ ਦੇ ਵਿੱਚ ਵੀ ਲਗਾਤਾਰ ਕਿਸਾਨ ਸ਼ੰਪੂ ਪਾਊਡਰ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਜਾ ਰਹੇ ਨੇ। ਰੋਜ਼ਾਨਾ ਜਥੇ ਰਵਾਨਾ ਹੁੰਦੇ ਨੇ। ਅਜਿਹੇ ਵਿੱਚ ਅੱਜ ਕਿਸਾਨ ਆਗੂ ਸਰਵਿੰਦਰ ਸਿੰਘ ਪੰਧੇਰ ਨੇ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਹਨਾਂ ਨੇ ਮਹਾਰਾਸ਼ਟਰ ਦਾ ਜ਼ਿਕਰ ਕੀਤਾ। ਪੰਧੇਰ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਚੋਣਾਂ ਆ ਰਹੀਆਂ ਨੇ, ਪਰ ਇਸ ਦੇ ਬਾਵਜੂਦ ਵੀ MSP ਦਾ ਵਾਅਦਾ ਕਰਨ ਵਾਲੀ ਸਰਕਾਰ ਉੱਥੇ MSP ਮੁੱਲ ਦੇ ਉੱਤੇ ਫਸਲਾਂ ਦੀ ਖਰੀਦ ਨਹੀਂ ਕਰ ਰਹੀ। ਜੋ ਮੋਦੀ ਸਰਕਾਰ ਇਹ ਦਾਅਵੇ ਕਰਤੀ ਥੀ, MSP ਥੀ, MSP ਹੈ, MSP ਰਹੇਗੀ। ਹਮ ਬੋਲਤੇ ਅਗਰ ਦਾਮ ਕਾ ਐਲਾਨ ਕਰਤੇ ਆਪ ਕਿਸੀ ਕਾ ਭਾਵ ਕਾ ਫਸਲ ਕਾ, ਉਸਕੇ ਉੱਪਰ ਖਰੀਦ ਕੀਜੀਏ। ਲੇਕਿਨ ਇਸ ਦਾ ਮਹਾਰਾਸ਼ਟਰ ਕਾ ਹੀ ਆਪ ਇਗਜ਼ਾਮਪਲ ਲੈ ਲੀਜੀਏ। ਅਭੀ ਵਹਾਂ ਇਲੈਕਸ਼ਨ ਹੈ। ਮਹਾਰਾਸ਼ਟਰ ਮੇਂ ਸਰਕਾਰ ਨੇ ਮਾਨਾ ਕਿ ਜੋ ਦੂਸਰੀ ਬੜੀ ਸਬਸੇ ਬੜੀ ਪੈਦਾਵਾਰ ਸੋਯਾਬੀਨ ਕੀ ਮਹਾਰਾਸ਼ਟਰ ਮੇਂ ਹੁੰਦੀ ਹੈ, ਕਿ ਉਨਕਾ ਖਰਚ 6000 ਰੁਪਏ ਆਤਾ ਹੈ, ਤੋ ਅਭੀ 4890 ਰੁਪਏ ਉਨਕਾ ਭਾਵ ਹੈ, ਔਰ ਬਿਕ ਉਨਸੇ ਨੀਚੇ 1200 ਰੁਪਏ ਮੇਂ ਰਹੀ। ਅਭੀ ਬੋਟੋਂ ਕੀ ਜ਼ਰੂਰਤ ਹੈ, ਫਿਰ ਵੀ ਬਿਕ ਨਹੀਂ ਰਹੀ। ਉਸੀ ਕੇ ਸਾਥ ਵੋ ਕਾਟਨ ਬੈਲਟ ਹੈ, ਹਮਾਰੀ ਕਪਾਸ ਬੈਲਟ ਹੈ ਮਹਾਰਾਸ਼ਟਰ, ਵੋ ਵੀ ਅੱਛੇ ਦਾਮ ਮੇਂ ਨਹੀਂ ਬਿਕਤਾ। ਤੋ ਜੋ ਹਮਾਰੀ ਲੜਾਈ ਥੀ MSP ਲੀਗਲ ਗਰੰਟੀ ਕਾਨੂੰਨ ਕੀ, ਜੋ ਵੀ ਫਸਲੇ ਹਮ ਪੈਦਾ ਕਰਤੇ ਉਨਕਾ ਉਚਿਤ ਧਾਮ ਔਰ ਉਨਕੀ ਖਰੀਦ ਕੀ ਗਰੰਟੀ ਭਾਰਤ ਸਰਕਾਰ ਦੇ, ਤੋ ਮੋਦੀ ਸਰਕਾਰ ਉਸਸੇ ਭਾਗਤੀ ਨਜ਼ਰ ਆ ਰਹੀ ਹੈ। ਜ਼ਿਕਰ ਖਾਸ ਹੈ ਕਿ ਧਰਨੇ ਤੇ ਬੈਠੇ ਕਿਸਾਨਾਂ ਦੀਆਂ ਮੁੱਖ ਮੰਗਾਂ ਵਿੱਚੋਂ ਇੱਕ ਮੰਗ MSP ਤੇ ਲੀਗਲ ਕਾਨੂੰਨੀ ਗਰੰਟੀ ਵੀ ਹੈ। ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਜਿਹੜੀ MSP ਦਿੱਤੀ ਜਾਂਦੀ ਹੈ ਉਸੇ ਹੀ MSP ਦੇ ਉੱਤੇ ਫਸਲਾਂ ਚੁੱਕੀਆਂ ਵੀ ਜਾਣੀਆਂ ਚਾਹੀਦੀਆਂ ਨੇ। ਮਹਾਨ ਗਦਰੀ ਜਰਨੈਲ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਅੱਜ ਸੂਬਾ ਪੱਧਰੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਵਿਖੇ ਕਰਵਾਇਆ ਗਿਆ। ਇਸ ਸਮਾਗਮ 'ਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਤਰੁਣਪ੍ਰੀਤ ਸਿੰਘ ਸੋਂਧ ਨੇ ਕਿਹਾ ਕਿ ਕਰਤਾਰ ਸਿੰਘ ਸਰਾਭਾ ਨੇ ਛੋਟੀ ਉਮਰੇ ਆਪਣੀ ਜ਼ਿੰਦਗੀ ਦੇਸ਼ 'ਤੇ ਵਾਰ ਦਿੱਤੀ। ਕਰਤਾਰ ਸਿੰਘ ਸਰਾਭਾ ਅਤੇ ਹੋਰਨਾਂ ਸੁਤੰਤਰਤਾ ਸੰਗਰਾਮੀਆਂ ਦੇ ਬਲੀਦਾਨ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸੋਂਧ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਣ ਦੀ ਲੋੜ ਹੈ। ਇਸ ਦੇ ਨਾਲ ਹੀ ਸੋਂਧ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ 'ਤੇ ਰੱਖਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਮੰਗ ਕੇਂਦਰ ਸਰਕਾਰ ਦੇ ਅੱਗੇ ਰੱਖੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਮੌਕੇ ਅੱਜ ਲੁਧਿਆਣਾ ਦੇ ਵਿੱਚ ਸਥਿਤ ਉਹਨਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਸੂਬਾ ਪੱਧਰੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਦੇ ਵਿੱਚ ਪੰਜਾਬ ਕੈਬਨਿਟ ਦੇ ਮੰਤਰੀ ਨੇ ਸ਼ਿਰਕਤ ਕੀਤੀ। ਅੱਜ ਦਾ ਇਹ ਜੋ ਦਿਨ ਹੈ 16 ਨਵੰਬਰ ਦਾ, ਇਹ ਇਤਿਹਾਸ ਦੇ ਵਿੱਚ ਬਹੁਤ ਵੱਡੀ ਤਵਾਰੀਖ ਦੇ ਵਿੱਚ ਬਹੁਤ ਵੱਡਾ ਦਿਨ ਹੈ। ਅੱਜ ਦੇ ਦਿਨ ਸਾਡੇ ਗਦਰੀ ਬਾਬੇ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਜੀ, ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ। ਗਦਰ ਲਹਿਰ ਨੂੰ ਜੇਕਰ ਦੇਖਿਆ ਜਾਵੇ, ਜੋ ਕਿ ਸਰਦਾਰ ਸੋਹਣ ਸਿੰਘ ਜੀ ਦੀ ਅਗਵਾਈ ਦੇ ਵਿੱਚ ਚੱਲੀ ਸੀ, ਜੋ ਉਹਦੇ ਗਦਰੀ ਲਹਿਰ ਦੇ ਸੰਸਥਾਪਕ ਸੀ, ਅਗਰ ਉਹਨਾਂ ਦੀ ਫੁਲਵਾੜੀ ਦੇ ਵਿੱਚ ਸਭ ਤੋਂ ਯੰਗੈਸਟ, ਸਭ ਤੋਂ ਜਵਾਨ ਕੋਈ ਇਨਸਾਨ ਆ ਕੇ ਜੁੜਿਆ ਮਹਿਜ਼ 15 ਸਾਲ ਦੀ ਉਮਰ ਦੇ ਵਿੱਚ, ਤਾਂ ਉਹ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਹੋਏ ਨੇ। ਸਿਰਫ਼ ਅਤੇ ਸਿਰਫ 19 ਸਾਲ ਦੀ ਉਮਰ ਦੇ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਗਏ। ਸੋ ਇਹ ਬਹੁਤ ਵੱਡਾ ਦਿਹਾੜਾ ਜੋ ਕਿ ਜ਼ਿਕਰ ਖਾਸ ਹੈ ਕਿ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਸੰਬੰਧੀ ਕੀਤੀ ਜਾ ਰਹੀ ਮੰਗ ਨੂੰ ਲੈ ਕੇ ਵੀ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਧਿਆਨ ਹੇਠ ਇਹ ਮਾਮਲਾ ਹੈ ਤੇ ਬਹੁਤ ਜਲਦੀ ਇਸ ਸੰਬੰਧੀ ਫੈਸਲਾ ਲਿਆ ਜਾਵੇਗਾ। ਦੱਸ ਦਈਏ ਕਿ ਕੈਬਨਿਟ ਮੰਤਰੀ ਨੇ ਇਸ ਮੁੱਦੇ ਤੋਂ ਇਲਾਵਾ ਹੋਰ ਕਿਸੇ ਵੀ ਮਾਮਲੇ ਦੇ ਉੱਤੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ। ਦਲਜੀਤ ਸਿੰਘ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਜਾਣਕਾਰੀ। ਸੁਧਾਰ ਲਹਿਰ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਇਸ ਨੂੰ ਦੇਰੀ ਨਾਲ ਚੁੱਕਿਆ ਗਿਆ ਸਹੀ ਕਦਮ ਦੱਸਿਆ। ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਨਵ ਨਿਯੁਕਤ ਕਾਂਸਟੇਬਲਾਂ ਨੂੰ ਵੰਡੇ ਨਿਯੁਕਤੀ ਪੱਤਰ। ਮਾਨ ਨੇ ਕਾਂਸਟੇਬਲਾਂ ਨੂੰ ਇਮਾਨਦਾਰੀ ਨਾਲ ਡਿਊਟੀ ਕਰਨ ਦੀ ਦਿੱਤੀ ਸਲਾਹ। ਕੇਜਰੀਵਾਲ ਨੇ ਕਿਹਾ ਪੰਜਾਬ ਪੁਲਿਸ 'ਚ 10,000 ਪੋਸਟਾਂ ਹੋਰ ਕੀਤੀਆਂ ਜਾ ਰਹੀਆਂ ਨੇ ਤਿਆਰ। ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਲਿਆ ਲੰਬੇ ਹੱਥੀ। ਖਹਿਰਾ ਨੇ ਕਿਹਾ ਕਿ VIP ਕਲਚਰ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਨੇ ਬੰਗਲੇ ਦੀ ਰੈਨੋਵੇਸ਼ਨ ਤੇ ਖਰਚੇ 50 ਕਰੋੜ ਰੁਪਏ। ਭਗਵੰਤ ਮਾਨ ਹੈਲੀਕਾਪਟਰ ਤੋਂ ਥੱਲੇ ਪੈਰ ਨਹੀਂ ਰੱਖ ਰਿਹਾ। ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਕੱਸੇ ਤਿੱਖੇ ਨਿਸ਼ਾਨੇ। ਬਿੱਟੂ ਨੇ ਕਿਹਾ ਕੇਜਰੀਵਾਲ ਦੇ ਇੱਕ ਦਿਨ ਦੇ ਪੰਜਾਬ ਦੌਰੇ ਤੇ ਆਉਂਦਾ ਹੈ 8 ਲੱਖ ਰੁਪਏ ਦਾ ਖਰਚਾ। ਉਹ ਪੰਜਾਬ ਨੂੰ ਲੁੱਟਣ ਲਈ ਭਗਵੰਤ ਮਾਨ ਤੇ ਪਾ ਰਹੇ ਨੇ ਦਬਾਅ। ਚੋਣ ਪ੍ਰਚਾਰ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕੀਤਾ ਵੱਡਾ ਦਾਅਵਾ। ਬਾਜਵਾ ਨੇ ਕਿਹਾ CM ਮਾਨ ਹੁਣ ਸਿਰਫ 2-3 ਮਹੀਨੇ ਦੇ ਮਹਿਮਾਨ। ਫਰਵਰੀ ਮਹੀਨੇ ਭਗਵੰਤ ਮਾਨ ਦੀ ਮੁੱਖ ਮੰਤਰੀ ਦੇ ਅਹੁਦੇ ਤੋਂ ਹੋ ਜਾਵੇਗੀ ਛੁੱਟੀ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਸਿਹਤਮੰਦ ਰਹੋ, ਸੁਰੱਖਿਅਤ ਰਹੋ ਤੇ ਦੇਖਦੇ ਰਹੋ TV ਪੰਜਾਬ।